ਦੇਖੋ ਗੱਲ ਇਹ ਆ ਕਿ ਗੁਰਮੀਤ ਜਿਸ ਦਿਨ ਤੋਂ ਮੋਰਚਾ ਲੱਗਿਆ ਉਸੇ ਦਿਨ ਤੋਂ ਮੋਰਚੇ ਦੇ ਵਿੱਚ ਲਗਾਤਾਰ ਜੁੜਿਆ ਹੋਇਆ। ਇੱਥੋਂ ਤੱਕ ਕਿ ਇਸ ਬੰਦੇ ਦਾ ਮੋਰਚੇ ਦੇ ਨਾਲ ਲਗਾਓ ਅਤੇ ਜੜਾਓ ਸੀਗਾ ਕਿ ਇਹਦੇ ਘਰ ਇਹਦੇ ਬੱਚੇ ਦੀ ਮੈਰਿਜ ਆਈ, ਇਹ ਆਪਦੇ ਬੱਚੇ ਦੀ ਮੈਰਿਜ 'ਤੇ ਨਹੀਂ ਗਿਆ ਕਿਉਂਕਿ ਇਲੈਕਟ੍ਰੀਸ਼ਨ ਦੀ ਸਾਰੇ ਮੋਰਚੇ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਬਿਜਲੀ ਨੂੰ ਪ੍ਰੋਬਲਮ ਆਉਂਦੀ ਸਾਰੀ ਇਹ ਠੀਕ ਕਰਦਾ ਸੀ, ਕਵਰ ਕਰਦਾ ਸੀ ਔਰ ਰਾਤਾਂ ਨੂੰ ਉੱਠ ਉੱਠ ਕੇ ਕਵਰ ਕਰਦਾ ਸੀ। ਇੰਨਾ ਨੇਕ ਸੁਭਾਅ ਸੀ ਇਸ ਇਨਸਾਨ ਦਾ। ਔਰ ਉਹਨਾਂ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਬਿਜਲੀ ਦੀਆਂ ਤਾਰਾਂ ਨੂੰ ਪ੍ਰੋਬਲਮ ਆਈ ਰਹਿੰਦੀ ਸੀ। ਇਹਨੇ ਆਪਦੇ ਬੱਚੇ ਦੀ ਸ਼ਾਦੀ 'ਤੇ ਜਾਣਾ ਵਾਜਬ ਨਹੀਂ ਸਮਝਿਆ ਅਤੇ ਇੱਥੇ ਸੰਭਾਲਣਾ ਵਾਜਬ ਸਮਝਿਆ। ਔਰ ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਇਹਦਾ ਪੂਰਾ ਪਰਿਵਾਰ ਇੱਥੇ ਆਇਆ। ਉਹ ਨਵੀਂ ਆਈ ਬਹੂ ਨੂੰਹ ਰਾਣੀ ਵੀ ਆਈ, ਇਹਦੀ ਬੇਟੀ ਆਈ, ਇਹਦੀ ਵਾਈਫ ਆਈ, ਛੋਟਾ ਬੱਚਾ ਸੀ ਬੱਚੀ ਨਾਲ ਉਹ ਵੀ ਆਈ, ਸਾਰਾ ਪਰਿਵਾਰ ਆਇਆ ਇੱਥੇ। ਔਰ ਲਗਾਤਾਰ ਮੇਰਾ ਖਿਆਲ ਹਫ਼ਤਾ 10 ਦਿਨ ਇੱਥੇ ਲਾ ਕੇ ਗਏ ਨੇ। ਤੋ ਇਹਦਾ ਮਤਲਬ ਇਹ ਆ ਕਿ ਪਰਿਵਾਰ ਪੂਰੇ ਦਾ ਪੂਰਾ ਸਾਰਾ ਮੋਰਚੇ ਨਾਲ ਜੁੜਿਆ ਹੋਇਆ ਸੀਗਾ। ਹਾਂ, ਇੱਕ ਗੱਲ ਜ਼ਰੂਰ ਆ ਕਿ ਜਿੱਦਾਂ ਅਸੀਂ ਪਰਸੋਂ ਅਸੀਂ ਇਕੱਠੇ ਹੋਏ ਹਾਂ, ਪਰਸੋਂ ਸੁਬਹਾ ਸੁਬਹਾ ਮੈਂ ਜਾਣਾ ਸੀਗਾ ਤਾਂ ਮੇਰੇ ਕੋਲ ਆਇਆ ਇਹ। ਇਸ ਨਰਮ ਸੁਭਾਅ ਦਾ ਇਨਸਾਨ 24 ਘੰਟੇ ਜਦੋਂ ਵੀ ਮਿਲਦਾ ਸੀ, ਇਹਦੀ ਇੱਕ ਨੇਚਰ ਸੀਗੀ ਕਿ ਇਹਨੇ ਗੋਡੀਆਂ ਹੱਥ ਲਾਉਣਾ ਉਹਨੇ। ਅਤੇ ਅਸੀਂ ਜਦੋਂ ਮਿਲੇ ਹਾਂ, ਗੱਲਾਂ ਬਾਤਾਂ ਹੋਈਆਂ, ਅਤੇ ਇਹਨੇ ਮੇਰੇ ਨਾਲ ਇੰਨੀ ਗੱਲ ਕੀਤੀ ਕਿ ਪ੍ਰਧਾਨ ਜੀ ਮੋਰਚੇ ਦਾ ਕਦੋਂ ਕੁ ਫੈਸਲਾ ਹੋਊਗਾ, ਕਿੰਨਾ ਕੁ ਚਿਰ ਸਰਕਾਰ ਹਜੇ ਹੋਰ ਲਮਕਾਊਗੀ। ਤੋ ਮੇਰੀ ਜਿਵੇਂ ਨੋਰਮਲ ਗੱਲ ਇਹ ਸੀਗੀ ਕਿ ਦੇਖੋ ਇਹ ਤਾਂ ਸਰਕਾਰਾਂ 'ਤੇ ਡਿਪੈਂਡ ਕਰਦਾ, ਆਪਾਂ ਲੜਾਈ ਲੜ ਰਹੇ ਹਾਂ, ਸਰਕਾਰ ਕਦੋਂ ਆਪਣੇ ਇਹਦੇ ਲਈ ਪੋਜ਼ੀਟਿਵ ਹੁੰਦੀ ਹੈ, ਕਦੋਂ ਸਰਕਾਰ ਝੁਕਦੀ ਹੈ, ਸਰਕਾਰ 'ਤੇ ਡਿਪੈਂਡ ਹੈ, ਆਪਾਂ ਆਪਦੀ ਲੜਾਈ ਲੜ ਰਹੇ ਹਾਂ। ਤੋ ਇੰਨੀਆਂ ਗੱਲਾਂ ਕਰਕੇ ਅਸੀਂ ਮਤਲਬ ਮੈਂ ਜਾਣਾ ਸੀਗਾ, ਸਾਡੇ ਇੱਕ ਸਮੱਸਿਆ ਸੀ, ਮਸਲਾ ਸੀ ਪਿੰਡ ਦਾ, ਮੈਂ ਉੱਧਰ ਜਾਣਾ। ਔਰ ਅੱਜ ਮੈਨੂੰ ਮਤਲਬ ਸੁਬਹਾ ਪਤਾ ਲੱਗਿਆ ਕਿ ਮਤਲਬ ਉਹਦੇ ਨਾਲ ਇਹ ਘਟਨਾ ਵਾਪਰੀ ਜੋ ਅਤਿ ਮੰਦਭਾਗੀ ਹੈ। ਔਰ ਬਾਕੀ ਜਿਵੇਂ ਜਿਵੇਂ ਜਾ ਕੇ ਮੈਂ ਮੋਰਚੇ ਦੇ ਵਿੱਚ ਮਿਲਾਂਗਾ ਸਾਥੀਆਂ ਨੂੰ ਸਾਰਿਆਂ ਨੂੰ, ਕੋਈ ਹੋਰ ਕੋਈ ਕਾਰਨ ਹੈ ਜਿਹੜੇ ਉਹ ਸਾਡੇ ਇਹਦੇ ਮਤਲਬ ਹੋ ਸਕਦਾ ਕੋਈ ਹੋਰ ਵੀ ਕਾਰਨ ਸਾਹਮਣੇ। ਆਗੂ ਕਹਿ ਰਹੇ ਹਨ ਵੀ ਜਿਹੜਾ ਬਿਆਨਬਾਜ਼ੀ ਹੋ ਰਹੀ ਹੈ ਕੇਂਦਰ ਦੇ ਲੀਡਰਾਂ ਦੀ, ਬੀਜੇਪੀ ਲੀਡਰਾਂ ਦੀ, ਉਸ ਕਰਕੇ ਇਹ ਭਾਈ ਸਾਹਿਬ ਆਏ ਇਹਨਾਂ ਜਾਣਕਾਰੀ ਦੇਈਏ ਗੋਬਿੰਦਪੁਰਾ ਨੇ। ਦੇਖੋ ਗੱਲ ਕੀ ਹੈ, ਇਹ ਵੀ ਗੱਲ ਮਤਲਬ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਕਿਉਂ, ਇੱਕ ਸਮਝੋ ਗੱਲ ਨੂੰ ਕਿ ਕਿੰਨਾ ਸੈਂਸਿਟਿਵ ਆ ਬੰਦਾ, ਉਹ ਇਹ ਕਹਿ ਰਿਹਾ ਕਿ ਜੀ ਸਰਕਾਰ ਕਦੋਂ ਫੈਸਲਾ ਕਰੂਗੀ, ਕਿੰਨਾ ਚਿਰ ਲਮਕਾਊ, ਕਿੰਨਾ ਹੋਰ ਟਾਈਮ ਲਾਏਗੀ। ਇਹਦਾ ਮਤਲਬ ਮੋਰਚੇ ਨਾਲ ਜੁੜਿਆ ਹੋਇਆ, ਮੋਰਚੇ ਤੋਂ ਐਬਸੈਂਟ ਨਹੀਂ, ਮੋਰਚੇ ਨਾਲ ਜੁੜਿਆ ਹੋਇਆ, ਕੋਈ ਜ਼ਮੀਨ ਜਾਇਦਾਦ ਨਹੀਂ, ਮੋਰਚੇ ਨਾਲ ਜੁੜਿਆ ਹੋਇਆ। ਹੁਣ ਇਹੋ ਜਿਹੜੇ ਇਨਸਾਨ ਨੇ ਬੜੇ ਸੈਂਸਿਟਿਵ ਹੁੰਦੇ ਨੇ, ਅਤੇ ਜਿਹੋ ਜਿਹੀ ਬਿਆਨਬਾਜ਼ੀ ਹੋਈ ਹੈ ਇਹ ਤਾਂ ਮੇਰਾ ਖਿਆਲ ਹੈ ਚੰਗੇ ਭਲੇ ਬੰਦੇ ਨੂੰ ਹਰਟ ਕਰਦੀ ਹੈ ਕਿ ਕੰਗਣਾ ਰਣੌਤ ਵੱਲੋਂ ਇਹੋ ਜਿਹੇ ਬਿਆਨ ਦੇ ਦੇਣੇ। ਫਿਰ ਸਟੇਟ ਦਾ ਮੁੱਖ ਮੰਤਰੀ ਰਿਹਾ ਬੰਦਾ, ਉਹ ਇਹ ਬਿਆਨ ਦੇਵੇ, ਕਿਸਾਨਾਂ ਨੂੰ ਮਤਲਬ ਭੱਦੀ ਸ਼ਬਦਾਵਲੀ ਬੋਲੇ, ਕਿਸਾਨਾਂ ਨੂੰ ਮਤਲਬ ਹੋਰ ਤਰੀਕੇ ਦੇ ਨਾਲ ਪੇਸ਼ ਕਰੇ, ਤਾਂ ਉਹ ਉਹਨਾਂ ਗੱਲਾਂ ਦਾ ਪ੍ਰਭਾਵ ਤਾਂ ਮਤਲਬ ਆਮ ਸਧਾਰਨ ਮਨੁੱਖ 'ਤੇ ਹੋਣਾ। ਤੁਹਾਡੇ ਜਥੇਬੰਦੀ ਦੀ ਇਸ ਪਰਿਵਾਰ ਦੇ ਲਈ, ਦੇਖੋ ਅਸੀਂ ਤਾਂ ਇਹ ਕਹਾਂਗੇ ਕਿ ਪਰਿਵਾਰ ਨੂੰ ਅਸੀਂ ਬੈਠਾਂਗੇ, ਜਥੇਬੰਦੀ ਬੈਠੇਗੀ, ਔਰ ਜੋ ਬੈਠ ਕੇ ਮਤਲਬ ਵਿਚਾਰ ਕਰਨ ਤੋਂ ਬਾਅਦ ਜੋ ਫੈਸਲਾ ਲਵਾਂਗੇ ਉਦੋਂ ਮਤਲਬ ਸਾਰਾ ਕਲੀਅਰ ਕਰ। ਠੀਕ ਹੈ। ਸਤਿੰਦਰਪਾਲ ਸਿੰਘ, ਹਾਂ, ਕਿਹੜੀ ਜਥੇਬੰਦੀ ਹੈ ਜੀ ਆਪਣੀ? ਬੀਕੇਯੂ ਸਿੱਧੂਪੁਰ ਵੱਲੋਂ। ਹਾਂ, ਇਹ ਜਿਹੜੇ ਕਿਸਾਨ ਹੈ ਕੀ ਨਾਮ ਹੈ, ਕਿਸ ਤਰ੍ਹਾਂ ਡੈਥ ਹੋਈ, ਕੁਛ ਪਤਾ? ਇਹ ਗੁਰਮੀਤ ਸਿੰਘ ਨਾਮ ਹੈ ਜੀ ਇਹਨਾਂ ਦਾ, ਪਿੰਡ ਟੁੱਠਿਆਂ ਵਾਲੇ, ਜ਼ਿਲ੍ਹਾ ਮਾਨਸਾ ਤੋਂ। ਪਿਛਲੇ ਲੰਮੇ ਸਮੇਂ ਤੋਂ ਇਹ ਸੰਘਰਸ਼ ਜੋ ਚੱਲ ਰਿਹਾ ਖਨੌਰੀ ਬਾਰਡਰ 'ਤੇ, ਉਹਦੇ ਉੱਤੇ ਡਟੇ ਹੋਏ ਸੀ ਅਤੇ ਨਾਲ ਬਿਜਲੀ ਦੇ ਮਕੈਨਿਕ ਸਨ ਅਤੇ ਬਿਜਲੀ ਦਾ ਕੰਮ ਕਰਦੇ ਸੀ ਉੱਥੇ, ਜੋ ਵੀ ਲੋੜ ਪੈਂਦੀ ਸੀ ਕੋਈ। ਕੀ ਕਾਰਨ ਬਣਿਆ ਵੀ ਜਿਹੜਾ ਅਜੇ ਕਦਮ ਇਹਨਾਂ ਨੇ? ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਤੜਕੇ 8:30 ਵਜੇ ਇਹਨਾਂ ਨੇ ਗਲ 'ਚ ਫਾਹਾ ਲਾ ਕੇ ਆਪਣੀ ਖੁਦਕੁਸ਼ੀ ਜੋ ਕਰ ਲਈ ਹੈ। ਉਮਰ ਕਿੰਨੀ ਕੁ ਹੈ? ਉਮਰ ਇਹਨਾਂ ਦੀ ਲਗਭਗ 50 ਸਾਲ ਹੋਵੇਗੀ। 50 ਸਾਲ ਪੰਜਾਹ ਸਾਲ ਤੁਸੀਂ ਵੀ ਜਥੇਬੰਦੀ ਦੇ ਨਾਲ? ਹਾਂਜੀ। ਤੁਹਾਡਾ ਕਿਹੜਾ ਪਿੰਡ ਹੈ?
ਠੁੱਠਿਆਂ ਵਾਲੀ ਹੈ ਜੀ। ਤੁਹਾਡੇ ਕੀ ਰਿਲੇਸ਼ਨ ਲੱਗਦੇ ਆ ਗੁਰਮੀਤ ਸਿੰਘ ਜਿਹੜੇ ਆ? ਮੇਰਾ ਭਤੀਜਾ ਜੀ, ਪਿੰਡ ਜੋਕਰਾਂ ਚੋਂ। ਪਰਿਵਾਰ 'ਚ ਹੀ ਹੈ, ਕੋਈ ਗੱਲਬਾਤ ਦੱਸ ਦਿਓ ਵੀ ਕੋਈ ਪਰੇਸ਼ਾਨੀ ਕਿਸ ਤਰ੍ਹਾਂ ਦੀ ਕੋਈ ਨਹੀਂ? ਪਰੇਸ਼ਾਨੀ ਤਾਂ ਇਹ ਬਸ ਜਦੋਂ ਤੋਂ ਧਰਨਾ ਲੱਗਿਆ ਜੀ ਉਦੋਂ ਤੋਂ ਸੰਘਰਸ਼ ਦੇ ਵਿੱਚ ਲੱਗਿਆ ਹੋਇਆ ਸੀ। ਇਹ ਆਪਦੇ ਮੁੰਡੇ ਦੇ ਵਿਆਹ ਦੇ ਵਿੱਚ ਵੀ ਘਰੇ ਨਹੀਂ ਗਿਆ, ਜੇ ਜਾਂਦਾ ਸੀ ਤਾਂ 5 ਮਿੰਟ ਲਾਉਂਦਾ ਸੀਗਾ ਬਸ ਇੱਕ, ਮਤਲਬ ਧਰਨੇ ਦੇ ਵਿੱਚ ਹੀ। ਮਤਲਬ ਜ਼ਮੀਨ ਤਾਂ ਥੋੜ੍ਹੀ ਜਿਹੀ ਹੈਗੀ ਹੈ ਜੀ, ਜ਼ਮੀਨ ਬਸ ਬਹੁਤ ਥੋੜ੍ਹੀ ਬਹੁਤੀ ਹੈ, ਜ਼ਮੀਨ ਵਾਲੀ ਨਹੀਂ। ਹਾਂਜੀ, ਕਰਜ਼ਾ ਤਾਂ ਜੀ ਹਜੇ ਪਤਾ ਲੱਗੂਗਾ ਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ, ਹਜੇ ਆਪਾਂ ਨੂੰ ਕਰਜ਼ੇ ਬਾਰੇ ਕੋਈ ਪਤਾ ਨਹੀਂ। ਇਹਨਾਂ ਦੇ ਇੱਕ ਲੜਕਾ ਜੀ, ਦੋ ਲੜਕੇ ਇੱਕ ਲੜਕੀ ਹੈ, ਇੱਕ ਬੇਟੀ ਹੈ। ਹਾਂ, ਇਹਨਾਂ ਦੇ ਘਰ। ਮੈਂ ਤਰਸੇਮ ਸਿੰਘ ਗੋਬਿੰਦਪੁਰਾ ਜੀ, ਮਾਨਸਾ ਜ਼ਿਲ੍ਹੇ ਦਾ ਮੀਤ ਪ੍ਰਧਾਨ ਹਾਂ। ਇਹ ਜੋ ਗੁਰਮੀਤ ਸਿੰਘ ਠੁੱਠਿਆਂ ਵਾਲੀ ਸੀ, ਜਿੱਦੇ ਤੋਂ ਅਸੀਂ 13 ਫਰਵਰੀ ਤੋਂ ਮੋਰਚੇ ਦੇ ਵਿੱਚ ਆਏ ਹਾਂ, ਲਗਾਤਾਰ ਮੋਰਚੇ ਦੇ ਵਿੱਚ ਇਹਨਾਂ ਦੀ ਹਾਜ਼ਰੀ ਸੀ। ਇਸ ਸਮੇਂ ਜੋ ਕੰਗਣਾ ਰਣੌਤ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣੇ ਦੇ ਸਾਬਕਾ ਮੁੱਖ ਮੰਤਰੀ, ਕਿਸਾਨਾਂ 'ਤੇ ਨਿੱਤ ਨਵੇਂ ਜਲੂਲ ਬਿਆਨ ਘੜ ਰਹੇ ਨੇ, ਇਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਇਹ ਕਿਸਾਨ ਚਿੰਤਕ ਸੀਗੇ ਵੀ ਜੋ ਮੋਰਚੇ ਪ੍ਰਤੀ ਦਿਨ ਬਰ ਦਿਨ ਭਾਜਪਾ ਦੇ ਵੱਡੇ ਆਗੂ ਹੈ ਜੋ ਇਹ ਘਟੀਆ ਸ਼ਬਦਾਵਲੀ ਵਰਤ ਰਹੇ ਨੇ, ਇਸ ਕਰਕੇ ਇਸ ਦੇ ਦਿਮਾਗ ਦੇ ਉੱਪਰ ਮੋਰਚੇ ਪ੍ਰਤੀ ਟੈਨਸ਼ਨ ਸੀ। ਜੇਕਰ ਘਰੇ ਜਾਂਦਾ ਸੀ ਤਾਂ ਵੱਧ ਤੋਂ ਵੱਧ ਇੱਕ ਰਾਤ ਲਗਾ ਕੇ ਦੂਸਰੇ ਦਿਨ ਆ ਜਾਂਦਾ ਸੀ, ਦੁੱਧ ਵੰਡਣ ਦੀ ਸੇਵਾ ਅਤੇ ਬਾਕੀ ਜੋ ਵੀ ਬਿਜਲੀ ਦਾ ਮਕੈਨਿਕ ਸੀ ਇਹ ਤੰਬੂਆਂ ਦੇ ਵਿੱਚ, ਭਾਵੇਂ ਅੱਧੀ ਰਾਤ ਨੂੰ ਕਿਸੇ ਦੀ ਲਾਈਟ ਖਰਾਬ ਹੋਣੀ ਤਾਂ ਉਹ ਗੁਰਮੀਤ ਸਿੰਘ ਹੀ ਚਲਾਉਂਦਾ ਸੀ। ਜੇਕਰ ਅੱਜ ਗੁਰਮੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਹ BJP ਦੇ ਜੇ ਵੱਡੇ ਆਗੂ ਕੰਗਣਾ ਰਣੌਤ ਵਰਗੇ ਸਾਡੇ ਮੋਰਚੇ 'ਤੇ ਇਲਜ਼ਾਮ ਲਾ ਰਹੇ ਨੇ, ਘਟੀਆ ਸ਼ਬਦਾਵਲੀ ਵਰਤ ਰਹੇ ਨੇ, ਇਹਨਾਂ ਗੱਲਾਂ ਨੂੰ ਲੈ ਕੇ ਉਹ ਨੀਤੀ ਗੱਲਾਂ ਕਰਦੇ ਸੀ ਵੀ ਪ੍ਰਧਾਨ ਜੀ ਆਪਾਂ ਇੱਕ ਤਾਂ ਦਿਨ ਰਾਤ ਮੱਛਰ ਦੇ ਵਿੱਚ ਇੱਥੇ ਰੋਹੀ ਦੇ ਵਿੱਚ ਬੈਠੇ ਹਾਂ ਅਤੇ ਇੱਕ ਆਪਣੇ ਮੋਰਚੇ ਪ੍ਰਤੀ BJP ਸਰਕਾਰ ਨੇ ਤਾਂ ਆਪਾਂ ਨੂੰ ਬਦਨਾਮ ਕਰਨ 'ਤੇ ਲੱਗੀ ਹੋਈ ਹੈ। ਇਹਨਾਂ ਗੱਲਾਂ ਨੂੰ ਲੈ ਕੇ ਅੱਜ ਸਾਡੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਜੋ ਗੁਰਮੀਤ ਸਿੰਘ ਦੇ ਜਾਣ ਨਾਲ ਸਾਡੇ ਮੋਰਚੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਰਕਾਰ ਤੋਂ ਕਿਸ ਤਰ੍ਹਾਂ ਦੀ ਹੈਲਪ ਹੋਵੇ ਪਰਿਵਾਰ ਦੀ? ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਵੀ ਜੋ ਸਾਡੇ ਕਿਸਾਨ ਨੂੰ ਸ਼ਹੀਦ ਹੋਇਆ, ਜਿਵੇਂ ਪਹਿਲਾਂ ਵੀ ਸਾਡੇ ਸ਼ੁਭਕਰਨ ਕਿਸਾਨ ਜਦੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ ਅਤੇ 1 ਕਰੋੜ ਦੀ ਰਾਸ਼ੀ ਉਸ ਸ਼ਹੀਦ ਨੂੰ ਦਿੱਤੀ ਸੀ, ਤਾਂ ਸਾਡੇ ਇਸ ਕਿਸਾਨ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਅਤੇ ਇਹਦੀ ਆਰਥਿਕ ਪੱਖ ਤੋਂ ਪੂਰੀ ਸਹਾਇਤਾ ਹੋਣੀ।